ਬੈਠੇ ਸਾਥੀ ਜਿੰਦਾਬ, ਮਰਦਾਂ ਤੇ ਬੈਠੇ ਸਾਥੀ ਜਿੰਦਾਬ, ਜਿੰਦਾਬ, ਜਿੰਦਾਬ। 45 ਦਿਨਾਂ ਤੋਂ ਧਰਨੇ ਤੇ ਬੈਠੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਮੁਲਾਜ਼ਮਾਂ ਵੱਲੋਂ ਬੀਤੀ 31 ਦਸੰਬਰ ਤੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ 4 ਮਰਦ ਮੁਲਾਜ਼ਮ ਮਰਨ ਵਰਤ ਤੇ ਸਨ ਤੇ ਹੁਣ ਯੂਨੀਵਰਸਿਟੀ ਦੀਆਂ 2 ਔਰਤਾਂ ਨੇ ਸ਼ਾਮਿਲ ਹੋ ਕੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦਿੱਤਾ। ਦੱਸ ਦਈਏ ਕਿ ਮਰਨ ਵਰਤ ਤੇ ਬੈਠੇ ਮਰਦ ਮੁਲਾਜ਼ਮਾਂ ਵੱਲੋਂ ਲਿਕੁਇਡ ਡਾਈਟ ਬੰਦ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਉਹ ਬੀਤੇ ਕਰੀਬ 45 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਨੇ। ਰਾਜਦੀਪ ਸਿੰਘ, ਰਾਜਦੀਪ ਜੀ, ਕਿੰਨੇ ਦਿਨ ਤੋਂ ਤੁਸੀਂ ਮਰਨ ਵਰਤ ਤੇ ਬੈਠੇ ਹੋ ਔਰ ਕੀ ਕਹਿਣਾ ਤੁਹਾਡਾ? ਮਰਨ ਵਰਤ ਤਾਂ ਜੀ ਸਾਡਾ 31 ਤਰੀਕ ਤੋਂ ਚੱਲ ਰਿਹਾ। ਉਹਦੇ ਵਿੱਚ ਸਾਡੇ 4 ਸਾਥੀ ਗੰਭੀਰ ਹੋ ਗਏ ਸੀਗੇ, ਜਿਨ੍ਹਾਂ ਨੂੰ ICU 'ਚ ਐਡਮਿਟ ਕਰਾਉਣਾ ਪਿਆ ਸੀ, ਉਹ ਵੀ ਹੁਣ ਸਾਡੇ ਦਰਮਿਆਨ ਆ ਗਏ ਆ। ਅਤੇ ਅਸੀਂ 2 ਤਰੀਕ ਰਾਤ ਤੋਂ ਬੈਠੇ ਹਾਂ ਜੀ। DC ਸਾਹਿਬ ਦੇ ਕਹਿਣ ਦੇ ਮੁਤਾਬਕ ਅਸੀਂ ਲਿਕੁਇਡ ਡਾਈਟ ਲੈ ਰਹੇ ਸੀਗੇ, ਹੁਣ ਅਸੀਂ ਅੱਜ ਤੋਂ ਉਹ ਵੀ ਬੰਦ ਕਰ ਰਹੇ ਹਾਂ ਜੀ। ਬੰਦ ਕਰਨ ਜਾ ਰਹੇ? ਹਾਂਜੀ। ਕਿਉਂ, ਕਾਰਨ ਕੀ ਹੈ? ਕਿਉਂਕਿ ਕੱਲ੍ਹ ਸਾਡੀ ਬੋਰਡ ਆਫ ਮੈਨੇਜਮੈਂਟ ਦਾ ਮੀਟਿੰਗ ਆ, ਉੱਥੇ ਸੈਕਟਰੀ ਸਾਹਿਬ ਵੀ ਹੋਣਗੇ, ਅਤੇ ਜੋ ਨਤੀਜਾ ਜੇ ਸਾਡੇ ਹੱਕ ਦੇ ਵਿੱਚ ਨਹੀਂ ਆਇਆ ਤਾਂ ਅਸੀਂ ਲਗਾਤਾਰ ਮਰਨ ਵਾਸਤੇ ਜਾਰੀ ਰੱਖਾਂਗੇ। ਦੇਖੋ ਜੀ, ਪਿਛਲੇ 40-45 ਦਿਨਾਂ ਤੋਂ ਅਸੀਂ ਜਿਹੜਾ ਹੈਗਾ ਸੰਘਰਸ਼ ਵਿੱਢਿਆ ਹੋਇਆ। 40-45 ਦਿਨਾਂ ਤੋਂ ਪਹਿਲਾਂ ਅਸੀਂ ਜਿਹੜਾ ਸਿਸਟਮੈਟਿਕਲੀ ਭੁੱਖ ਹੜਤਾਲ ਸ਼ੁਰੂ ਕੀਤੀ, ਫਿਰ ਉਸ ਤੋਂ ਬਾਅਦ ਮਰਨ ਵਰਤ ਦੇ ਵਿੱਚ ਸਾਡੇ ਜਿਹੜੇ 4 ਸਾਥੀ ਸੀ ਉਹਨਾਂ ਨੂੰ ਕੈਜੂਅਲਟੀ ਆ ਗਈ, ਉਹਨਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਕਿ ਉਹਨੂੰ ਦਾਖਲ ਕਰਾਉਣਾ ਪਿਆ। ਜਿਹੜੇ ਕਿ ਸਾਥੀ ਇੱਥੇ ਪਹੁੰਚ ਚੁੱਕੇ ਆ, ਅਤੇ ਅਜੇ ਬੱਬਰ ਅਤੇ ਆਪਣਾ ਸੁਖਜਿੰਦਰ ਮੁੰਡਾ, ਇਹ ਸਾਰੇ ਪਹੁੰਚ ਚੁੱਕੇ ਆ ਇੱਥੇ। ਇਹ ਵੀ ਮਰਨ ਵਰਤ ਦੇ ਨਾਲ ਬੈਠੇ ਹੋਏ ਆ, ਜਦੋਂ ਕਿ ਸਾਡੇ 2 ਸਾਥੀ ਆ ਜਿਹੜੇ ਇਹ ਲਗਾਤਾਰ ਪਿਛਲੇ ਜਦੋਂ ਇਹਨਾਂ ਮੁੰਡਿਆਂ ਨੂੰ ਐਡਮਿਟ ਕਰਵਾਇਆ ਗਿਆ ਸੀਗਾ, ਉਸ ਤੋਂ ਬਾਅਦ ਲਗਾਤਾਰ ਆ ਕੇ ਦੁਬਾਰਾ ਇਹ ਉਦੋਂ ਦੇ ਜਿਹੜੇ ਲਿਕੁਇਡ ਡਾਈਟ 'ਤੇ ਜਿਹਦੇ ਬਾਬਤ ਕਿ DC ਸਾਹਿਬ ਨੇ ਰਿਕੁਐਸਟ ਕੀਤੀ ਸੀ, ਉਹਨਾਂ ਦੇ ਕਹਿਣ ਦੇ ਉੱਪਰ ਅਸੀਂ ਇਹਨਾਂ ਲਿਕੁਇਡ ਡਾਈਟ 'ਤੇ ਕੀਤਾ। ਅੱਜ ਸਾਡੀਆਂ 2 ਭੈਣਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਨੇ ਤਹੱਈਆ ਕੀਤਾ, ਉਹਨਾਂ ਨੇ ਜਿਹੜਾ ਉਹਨਾਂ ਵੱਲੋਂ ਫੈਸਲਾ ਇਹ ਲਿਆ ਗਿਆ ਕਿ ਅਸੀਂ ਵੀ ਮਰਨ ਵਰਤ ਦੇ ਉੱਪਰ ਬੈਠਾ ਹੈਗੀਆਂ, ਕਿਉਂਕਿ ਅਸੀਂ ਵੀ ਸਾਡੇ ਭਰਾਵਾਂ ਦਾ ਜਿਹੜਾ ਡੱਟ ਕੇ ਸਾਥ ਦੇਵਾਂਗੇ, ਜਿਹਦੇ ਕਰਕੇ ਉਹਨਾਂ ਨੇ ਫੈਸਲਾ ਆਪਣਾ ਨਿੱਜੀ ਫੈਸਲਾ ਜਿਹੜਾ ਲਿਆ ਹੈਗਾ ਕਿ ਉਹ ਮਰਨ ਵਰਤ ਦੇ ਬੈਠੀ ਹੈ। ਯੂਨੀਵਰਸਿਟੀ ਨਾਲ ਕੋਈ ਗੱਲਬਾਤ ਕੋਈ ਇਸ ਮਸਲੇ ਨੂੰ ਲੈ ਕੇ ਹੋਈ ਤੋਂ ਮੰਗਾਂ ਨੂੰ ਲੈ ਕੇ ਹੋਈ ਹੋਈ? ਦੇਖੋ ਜੀ, ਯੂਨੀਵਰਸਿਟੀ ਅਥਾਰਟੀ ਕਿਤੇ ਨਾ ਕਿਤੇ ਇਸ ਮਸਲੇ ਤੋਂ ਭੱਜਦੀ ਨਜ਼ਰ ਆ ਰਹੀ ਹੈ, ਕਿਉਂਕਿ ਕਾਰਨ ਇਹ ਹੈ ਕਿ ਉਹਨਾਂ ਵੱਲੋਂ ਨਾ ਤਾਂ ਇੱਥੇ ਬੈਠੇ ਮੁਲਾਜ਼ਮਾਂ ਦੀ ਸਾਰ ਲਈ ਹੈ, ਅਤੇ ਨਾ ਹੀ ਉਹਨਾਂ ਨੇ ਇਹ ਤਹੱਈਆ ਕੀਤਾ ਕਿ ਇਹਨਾਂ ਮੁਲਾਜ਼ਮਾਂ ਨਾਲ ਕੋਈ ਗੱਲਬਾਤ ਦਾ ਰਾਹ ਅਖਤਿਆਰ ਕੀਤਾ ਜਾਵੇ। ਜਿਹੜਾ ਬਾਕੀ ਜਿਹੜੀ ਗੱਲਬਾਤ ਹੋਈ ਆ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਹੋਈ ਹੈ। DC ਸਾਹਿਬ ਮਾਨਯੋਗ ਜੋ ਫਰੀਦਕੋਟ ਜ਼ਿਲ੍ਹੇ ਦੇ DC ਸਾਹਿਬ ਨੇ, ਉਹਨਾਂ ਦੁਆਰਾ ਗੱਲਬਾਤ ਕੀਤੀ ਗਈ, SDM ਸਾਹਿਬ ਵੱਲੋਂ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਕਿ ਸਾਡੀ ਮੀਟਿੰਗ ਫਿਕਸ ਕਰਾਈ ਹੈ ਮਾਨਯੋਗ ਸੈਕਟਰੀ ਸਾਹਿਬ ਨਾਲ, ਅਤੇ ਬੋਰਡ ਆਫ ਮੈਨੇਜਮੈਂਟ ਹੈ ਸਾਡਾ ਜਿਹੜਾ ਉਹਨਾਂ ਦੇ ਚੇਅਰਮੈਨ ਆ, ਉਹ ਜਿਹੜੀ ਕੱਲ੍ਹ ਨੂੰ ਮੀਟਿੰਗ ਹੋਣ ਜਾ ਰਹੀ ਹੈ, ਉਸ ਮੀਟਿੰਗ ਦੇ ਵਿੱਚ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ, ਕਿਸ ਤਰੀਕੇ ਦੀ ਗੱਲਬਾਤ ਹੁੰਦੀ ਹੈ, ਉਹਨਾਂ ਦਾ ਸਾਡੇ ਪ੍ਰਤੀ ਰਵੱਈਆ ਕੀ ਹੁੰਦਾ, ਇਹ ਤਾਂ ਸਮਾਂ ਹੀ ਦੱਸੂਗਾ ਜੀ ਹੁਣ ਕੀ। ਬਿਊਰੋ ਰਿਪੋਰਟ, ਰੰਗਦਾ TV।